ਨਿਊਜ਼ ਰਿਪੋਰਟ ਤੇ ਮੈਂ ਹਾਂ ਤੁਹਾਡਾ ਆਪਣਾ ਸੁਮਿਤ ਤਿੰਗੜਾ। ਪੁਲਿਸ ਵਾਲਿਆਂ ਨੂੰ ਜ਼ਿੰਮੇਵਾਰੀ ਦਾ ਸਵਾਲ ਹੁੰਦਾ ਹੈ, ਉਹਨਾਂ ਨੂੰ ਆਪਣਿਆਂ ਤੋਂ ਜ਼ਿਆਦਾ ਦੂਜਿਆਂ ਦਾ ਖਿਆਲ ਹੁੰਦਾ ਹੈ। ਸਰ, ਜਿਹੜੇ ਅੱਜ ਟੈਂਟ ਲਗਾਏ ਗਏ ਆ ਪੁਲਿਸ ਮੁਲਾਜ਼ਮਾਂ ਵਾਸਤੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਪੁਲਿਸ ਦੀ ਵੈਲਫੇਅਰ ਵਾਸਤੇ ਹੈ, ਕਿਉਂਕਿ ਹੁਣ ਧੁੱਪ ਦਾ ਸੀਜ਼ਨ ਆ ਰਿਹਾ ਹੈਗਾ ਅਤੇ ਡਿਊਟੀਜ਼ ਤੁਹਾਨੂੰ ਪਤਾ ਸਾਡੀਆਂ ਡੇ ਦੀ ਕਲੋਕ ਚੱਲ ਰਹੀਆਂ ਹੈਗੀਆਂ, ਉਹਦੇ ਕਰਕੇ ਇਹਨਾਂ ਦੀ ਵੈਲਫੇਅਰ ਵਾਸਤੇ ਅਸੀਂ ਇੱਕ ਤਾਂ ਟੈਂਟਾਂ ਦਾ ਪ੍ਰਬੰਧ ਕੀਤਾ, ਇਹਨਾਂ ਦੇ ਟੇਬਲ, ਕੁਰਸੀ, ਪਾਣੀ, ਠੰਡੇ ਦਾ ਪ੍ਰਬੰਧ ਕੀਤਾ ਹੈਗਾ, ਔਰ ਇਹਨਾਂ ਨੂੰ ਅਸੀਂ ਮਾਸਕ ਜਿਹੜੇ ਹੈਗੇ ਆ ਔਰ ਸੈਨੀਟਾਈਜ਼ਰ ਅਤੇ ਗਲਵਸ ਵਗੈਰਾ ਜਿਹੜੇ ਆ ਉਹ ਵੀ ਅਸੀਂ ਪ੍ਰੋਵਾਈਡ ਕੀਤੇ ਹਨ, ਕਿਉਂਕਿ ਮੁਲਾਜ਼ਮਾਂ ਨੂੰ ਕੋਈ ਪ੍ਰੋਬਲਮ ਨਾ। ਅਤੇ ਸਰ, ਪਬਲਿਕ ਨੂੰ ਕੀ ਮੈਸੇਜ ਦਊਂਗੇ? ਪਬਲਿਕ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਇਹ ਵੀ ਵਾਰ ਵਾਰ ਅਪੀਲ ਕਰਦੇ ਹਾਂ ਕਿ ਅਸੀਂ ਬਾਹਰ ਹਾਂ ਤੁਹਾਡੀ ਸੁਰੱਖਿਆ ਵਾਸਤੇ, ਤੁਸੀਂ ਆਪ ਅੰਦਰ ਰਹੋ, ਸੋਸ਼ਲ ਡਿਸਟੈਂਸਿੰਗ ਰੱਖੋ, ਕਾਫੀ ਇਕੱਠ ਨਾ ਕਰੋ, ਮੌਲ ਦੇ ਵਿੱਚ ਨਾ ਜਾਓ, ਇਹੀ ਸਾਡੀ ਅਪੀਲ ਹੈਗੀ ਹੈ ਸਾਰਿਆਂ ਨੂੰ, ਤਾਂ ਹੀ ਅਸੀਂ ਇੱਥੇ ਕਰੋਨਾ ਤੋਂ ਜਿਹੜਾ ਉਹ ਕਾਬੂ ਕਰ ਸਕਦੇ ਹਾਂ। ਠੀਕ ਹੈ।